ਸਭ ਨੂੰ ਪਤਾ ਹੈ ਕਿ ਮੇਰਾ ਤਾਲਕ ਗੋਜਰੇ ਤੋਂ ਔਰ ਜਿੰਨਾ ਮੈਂ ਜਸਮ ਜੀ ਇਸ ਗੱਲ ਦਾ ਗਵਾਹ ਹੈ ਕੋਈ ਨਹੀਂ ਹੋ ਸਕਦਾ ਤੇ ਨਾ ਅਸੀਂ ਬੁੱਝਦਾ ਨਾ ਕਿ ਅਸੀਂ ਬੁੱਝਦਲੀ ਦਿਖਾਉਣ ਵਾਲੇ ਹਾਂ ਅਸੀਂ 5 ਘੰਟੇ ਤੱਕ ਲੜਾਈ ਨਹੀਂ ਕੀਤੀ ਬਲਕਿ ਆਪਣੇ ਘਰਾਂ ਦੀ ਹਿਫਾਜ਼ਤ ਵਾਸਤੇ ਉਹ ਜਲਸੇ ਜਲੂਸ ਨੂੰ 5 ਘੰਟੇ ਤੱਕ ਅਸੀਂ ਰੋਕੇ ਆਏ ਫਿਰ ਉਹਨਾਂ ਨੇ ਸਾਡੇ ਘਰ ਚਲਾਏ ਨੇ ਔਰ 8 ਲੋਕ ਵੀ ਜ਼ਿੰਦਾ ਜਲਾ ਦਿੱਤੇ ਨੇ ਲੇਕਿਨ ਅਸੀਂ ਬੁੱਝਦਲ ਨਹੀਂ ਕਿਉਂਕਿ ਸਾਡੇ ਅੰਦਰ ਅਸੀਂ ਪੁੱਤਰ ਹਾਂ ਤੇ ਅਸਮਾਨ ਦੇ ਖੁਦਾ ਦੇ ਪੁੱਤਰ ਹਾਂ ਕਿਉਂਕਿ ਰਸੂਲ ਕਹਿੰਦਾ ਹੈ ਕਿ ਤੁਸੀਂ ਪੁੱਤਰ ਹੋ ਮੇਰੇ ਪੁੱਤਰ ਦਾ ਰੂਹ ਤੁਹਾਡੇ ਦਿਲਾਂ ਦੇ ਵਿੱਚ ਹੈ ਇਸੇ ਕਰਕੇ ਤੁਸੀਂ ਅੱਬਾ ਤੇ ਯਾਨੀ ਬਾਪ ਕਹਿ ਕੇ ਪੁਕਾਰਦੇ ਹੋ ਤੇ ਜੇ ਉਹ ਸਲੀਬ ਤੇ ਚੜਿਆ ਕਹਿੰਦਾ ਹੈ ਮਾਫ ਕਰ ਤੇ ਅਸੀਂ ਇਸ ਕਰਕੇ ਮਾਫ ਕਰਨੇ ਆ ਲੇਕਿਨ ਸਾਡੇ ਅੰਦਰ ਗੈਰਤ ਹੈ ਆਪਣੀ ਉਹਨਾਂ ਚਰਚਸ ਦੀ ਬਾਈਬਲ ਦੀ ਅਸੀਂ ਹੁਕਮ ਦੇ ਉਸਦੇ ਬੱਧੇ ਹੋਏ ਆ ਕਿਉਂਕਿ ਸਾਨੂੰ ਹੁਕਮ ਹੈ ਕਿ ਨਾ ਸਿਰਫ ਸੁਣਿਓ ਬਲਕਿ ਅਮਲ ਕਰਿਓ ਸਾਡੇ ਨਜਾਤ ਹਿੰਦਾਂ ਨੇ ਮਸੀਹ ਦੀ ਅੰਚੀ 10:23 ਚ ਆਖਿਆ ਕਿ ਜਦੋਂ ਇੱਕ ਸ਼ਹਿਰ ਵਿੱਚ ਤੁਹਾਨੂੰ ਸਤਾਉਣ ਤੇ ਦੂਸਰੇ ਵਿੱਚ ਚਲੇ ਜਾਇਓ ਅਸੀਂ ਬੁੱਝਦਲ ਨਹੀਂ ਅਗਰ ਇਹ ਲੋਕ ਸਮਝਦੇ ਨੇ ਕਿ ਅਸੀਂ ਬੁੱਝਦਲ ਨਹੀਂ ਅਸੀਂ ਬੁੱਝਦਲ ਲਿਖੇ ਅਸੀਂ ਉਸ ਹੁਕਮ ਨੂੰ ਮੰਨਦੇ ਜਿਹੜਾ ਖੁਦਾ ਨੇ ਸਾਨੂੰ ਦਿੱਤਾ ਲੇਕਿਨ ਅਸੀਂ ਇਹ ਵੀ ਦੱਸ ਦੇਣਾ ਚਾਹੁੰਦੇ ਹਾਂ ਕਿ ਕਲਾਮ ਦੇ ਵਿੱਚ ਲਿਖਿਆ ਹੈ ਸਬੂਰ 74:8 ਕਿ ਉਹਨਾਂ ਨੇ ਆਪਣੇ ਦਿਲ ਚ ਕਿਹਾ ਸੀ ਕਿ ਅਸੀਂ ਇਹਨਾਂ ਨੂੰ ਵਿਰਾਨ ਕਰ ਦੇਣਾ ਹੈ ਤੇ ਉਹਨਾਂ ਨੇ ਉਹਨਾਂ ਦੀ ਇਬਾਦਤ ਖਾਨਿਆਂ ਨੂੰ ਜਲਾ ਦਿੱਤਾ ਹਜ਼ਾਰਾਂ ਸਾਲ ਪਹਿਲੇ ਪੇਸ਼ਨ ਕੋਈ ਕੀਤੀ ਹੈ ਕਿ ਇਬਾਦਤ ਖਾਨੇ ਚਲਾਉਣਗੇ ਤੇ ਕਹਿਣਗੇ ਅਸੀਂ ਇਹਨਾਂ ਨੂੰ ਵਿਰਾਨ ਕਰ ਦਿੱਤਾ ਲੇਕਿਨ ਲੋਹਾ ਦੀ ਕਿਤਾਬ ਇਸ ਗੱਲ ਨੂੰ ਦੱਸਦੀ ਹੈ ਕਿ ਖੁਦਾਵੰਦ ਦੀ ਸ਼ਫਕਤ ਹੈ ਕਿ ਅਸੀਂ ਫਨਾ ਨਹੀਂ ਹੋਏ ਨਾ ਹੋਵਾਂ ਜੇ ਅਸੀਂ ਵਧਦੇ ਜਾਵਾਂਗੇ ਹਾਲੇਲੂਇਆ ਨਾ ਅਸੀਂ ਬੁੱਝਦਲੇ ਕਿਉਂਕਿ ਬੁੱਝਦਲਾਂ ਦਾ ਹਿੱਸਾ ਆਪਣੇ ਗੰਦਕ ਦੀ ਝੀਲ ਹੈ ਅਸੀਂ ਖੁਦਾਵੰਦ ਦਾ ਹੁਕਮ ਮੰਨਣਾ ਅਸੀਂ ਗੈਰ ਪੰਗ ਸੀਏ ਕਿਉਂਕਿ ਅਸੀਂ ਬਾਈਬਲ ਦੇ ਮੁਤਾਬਕ ਅਸੀਂ ਇੱਕ ਜਗ੍ਹਾ ਨੂੰ ਛੱਡ ਗਏ ਹਾਂ ਤੇ ਦੂਸਰੀ ਜਗ੍ਹਾ ਚਲੇ ਜਾਂਦੇ ਹਾਂ ਤਾਂ ਕਿ ਮੁਲਕ ਜਮ ਰਹੇ ਸੋ ਖੁਦਾ ਬਰਕਤ ਹੈ।